ਲੋਵੇ ਮਿੱਤਰੋ, ਤੁਹਾਡੀ ਪਰਜੋਰ ਮੰਗ 'ਤੇ ਸਾਊਥ ਹਾਲ ਦੇ ਵਿੱਚ ਖੋਲ੍ਹ ਦਿੱਤਾ ਜੀ ਪੰਜਾਬੀਆਂ ਨੇ ਤੁਹਾਡੇ ਲਈ ਡੋਡਿਆਂ ਦਾ ਠੇਕਾ। ਅਤੇ ਆ ਜਾਓ, ਤੁਹਾਨੂੰ ਦਿਖਾਉਂਦੇ ਹਾਂ ਇਹ ਡੋਡਿਆਂ ਦਾ ਠੇਕਾ ਕਿੱਥੇ ਆ ਅਤੇ ਕਿਹੜੇ ਭਾਅ ਮਿਲਦੇ ਆ ਇੱਥੇ ਡੋਡੇ। ਅਤੇ ਜਿਹੜੇ ਭਰਾ ਵਾਰ ਵਾਰ ਕਮੈਂਟਾਂ 'ਚ ਪੁੱਛਦੇ ਰਹਿੰਦੇ ਸੀ ਵੀ ਇੰਗਲੈਂਡ ਦੇ ਵਿੱਚ ਪੀਸੇ ਹੋਏ ਡੋਡੇ ਕਿੱਥੇ ਮਿਲਦੇ ਆ, ਉਹ ਨੰਬਰ ਨੋਟ ਕਰ ਲਿਓ ਅਤੇ ਲੋਕੇਸ਼ਨ ਨੂੰ ਨੋਟ ਕਰ ਲਿਓ ਅਤੇ ਆ ਜਾਓ, ਤੁਹਾਨੂੰ ਲੈ ਕੇ ਚੱਲਦੇ ਹਾਂ ਸ਼ੋਪ ਦੇ ਅੰਦਰ। ਅਤੇ ਆਹ ਦੇਖੋ ਜੀ ਤੁਸੀਂ ਬੋਰਡ, ਡੋਡੇ ਮਿਲਦੇ ਹਨ ਜੀ। ਕਿ ਪੰਜਾਬ ਦੇ ਵਿੱਚ ਵੀ ਸਰਕਾਰ ਨੂੰ ਡੋਡੇ ਜਿਹੜੇ ਆ ਲੀਗਲ ਕਰ ਦੇਣੇ ਚਾਹੀਦੇ ਆ, ਡੋਡਿਆਂ ਦੀ ਖੇਤੀ ਲੀਗਲ ਕਰ ਦੇਣੀ ਚਾਹੀਦੀ ਆ ਤਾਂ ਕਿ ਜਿਹੜੇ ਆਪਣੇ ਨੌਜਵਾਨ ਆ ਉਹ ਜਿਹੜੇ ਚਿੱਟੇ ਵਰਗੇ ਸਿੰਥੈਟਿਕ ਨਸ਼ਿਆਂ ਤੋਂ ਜਾਣ ਬਚ ਸਕਣ, ਹੈ ਨਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਇੱਕ ਹੋਰ ਵੀਡੀਓ ਦੇ ਵਿੱਚ। ਅਤੇ ਅੱਜ ਆਪਾਂ ਖੜੇ ਹਾਂ ਜੀ ਸਾਊਥ ਹਾਲ ਬ੍ਰੌਡਵੇ ਦੇ ਉੱਪਰ। ਅਤੇ ਅੱਗੇ ਇੱਕ ਵੀਡੀਓ ਬਣਾਈ ਸੀ ਕਿ ਲੰਡਨ ਦੇ ਵਿੱਚ ਜਿਹੜੇ ਡੋਡੇ ਆ ਉਹ ਮਿਲਦੇ ਆ ਲੀਗਲ, ਹੈ ਨਾ, ਇੱਥੇ ਆਮ ਸ਼ੋਪਾਂ 'ਤੇ ਮਿਲ ਜਾਂਦੇ ਆ, ਪੀਸੇ ਹੋਏ ਮਿਲ ਜਾਂਦੇ ਆ ਅਤੇ ਬਿਨਾਂ ਪੀਸੇ ਹੋਏ ਜਿੱਦਾਂ ਫੁੱਲ ਵੀ ਮਿਲ ਜਾਂਦੇ ਆ, ਹੈ ਨਾ। ਅਤੇ ਬਹੁਤ ਸਾਰੇ ਭਰਾਵਾਂ ਨੇ ਉਹ ਵੀਡੀਓ ਬਣਾਈ ਸੀ ਆਪਾਂ ਹੇਜ਼ ਦੀ, ਅਤੇ ਬਹੁਤ ਸਾਰੇ ਭਰਾਵਾਂ ਦੇ ਉਦੋਂ ਕਮੈਂਟ ਆਉਂਦੇ ਸੀ, ਮੈਸੇਜ ਆਉਂਦੇ ਸੀਗੇ ਕਿ ਬਾਈ ਜੀ ਸਾਊਥ ਹਾਲ ਦੇ ਵਿੱਚ ਡੋਡੇ ਕਿੱਥੋਂ ਮਿਲਦੇ ਆ, ਹੈ ਨਾ। ਅਤੇ ਅੱਜ ਆਪਾਂ ਵੈਸੇ ਹੀ ਇੱਧਰ ਰੋਡ 'ਤੇ ਘੁੰਮਦੇ ਸੀਗੇ ਅਤੇ ਇੱਕ ਸ਼ੋਪ ਆਪਾਂ ਨੂੰ ਮਿਲੀ ਆ ਜਿੱਥੇ ਸ਼ੋਪ ਦੇ ਉੱਪਰ ਉਹਨਾਂ ਨੇ ਬਾਹਰ ਲਿਖ ਕੇ ਲਾਇਆ ਹੋਇਆ ਕਿ ਇੱਥੇ ਡੋਡੇ ਮਿਲਦੇ ਆ। ਅਤੇ ਅੱਜ ਉਹ ਤੁਹਾਨੂੰ ਦੱਸਦੇ ਹਾਂ ਕਿ ਉਹ ਸ਼ੋਪ ਕਿੱਥੇ ਆ। ਅਤੇ ਆਪਾਂ ਹੈਗੇ ਬ੍ਰੌਡਵੇ ਦੇ ਉੱਪਰ, ਇੱਧਰੋਂ ਕੋਈ ਲੈਂਡਮਾਰਕ ਕਿਹੜਾ ਨੇੜੇ ਦੱਸੀ ਆ? ਇਹ ਸਾਹਮਣੇ ਬ੍ਰੌਡਵੇ ਆ ਜਿੱਦਾਂ ਰੋਡ ਆ ਜਿਹੜਾ, ਮੈਂ ਤੁਹਾਨੂੰ ਦਿਖਾ ਦਿੰਦਾ। ਇਹ ਸਾਹਮਣੇ ਸਾਊਥ ਹਾਲ ਬ੍ਰੌਡਵੇ ਆ ਅਤੇ ਇੱਧਰ ਇਹ ਰੋਡ ਜਾਂਦਾ ਉਹ ਟ੍ਰੈਂਟੀ ਰੋਡ ਦੇ ਲੱਗ ਗਈ ਆ, ਬਿਲਕੁਲ ਹਾਂ। ਉਹ ਸਾਹਮਣੇ ਟ੍ਰੈਂਟੀ ਰੋਡ ਦਾ ਬੱਸ ਸਟਾਪ ਆ, ਆ ਵਿੱਚ ਜਿਹੜਾ ਉੱਧਰ ਉਹ ਉੱਥੇ ਅੱਗੇ ਜਾ ਕੇ ਉਹ ਟ੍ਰੈਂਟੀ ਰੋਡ ਆ, ਹੈ ਨਾ। ਅਤੇ ਇੱਥੇ ਆ ਸਿੱਧਾ ਹੀ ਇੱਧਰਲੇ ਪਾਸੇ ਹੈਗਾ ਬ੍ਰੌਡਵੇ ਅਤੇ ਇੱਧਰ ਆ ਜਾਂਦਾ ਹੇਜ। ਅਤੇ ਬਹੁਤ ਸਾਰੇ ਭਰਾ ਪੁੱਛਦੇ ਸੀ ਕਿ ਸਾਊਥ ਹਾਲ ਦੇ ਵਿੱਚ ਡੋਡੇ ਕਿੱਥੋਂ ਮਿਲਦੇ ਆ, ਅਤੇ ਤੁਹਾਨੂੰ ਦਿਖਾਉਂਦੇ ਹਾਂ ਆਪਾਂ ਇੱਕ ਸ਼ੋਪ ਲੱਭੀ ਆ ਅਤੇ ਬਾਈ ਜੀ ਹੁਣੀ ਹੈਗੇ ਆ ਏਸ਼ੀਅਨ ਮੀਟ ਐਂਡ ਪੋਲਟਰੀ। ਅਤੇ ਬਾਈ ਹੁਣਾਂ ਦੇ ਕੋਲ ਇੱਥੇ ਮੀਟ ਮਿਲਦਾ ਜੀ, ਝਟਕੇ ਦਾ ਮੀਟ ਮਿਲਦਾ ਅਤੇ ਹੋਰ ਵੀ ਜਿਹੜਾ ਚਿਕਨ ਹੁੰਦਾ, ਜੋ ਜੋ ਵੀ ਇੰਗਲੈਂਡ ਦੇ ਵਿੱਚ ਜਿਹੜੇ ਜਿਹੜੇ ਮੀਟ ਹੁੰਦੇ ਆ ਨਾ, ਉਹ ਸਾਰੇ ਮੀਟ ਮਿਲਦੇ ਆ। ਅਤੇ ਆਹ ਤੁਹਾਨੂੰ ਦਿਖਾ ਦਿੰਦੇ ਹਾਂ ਪੰਜਾਬੀ ਮੀਟ ਦੀ ਦੁਕਾਨ। ਅਤੇ ਆਹ ਦੇਖੋ ਜੀ ਤੁਸੀਂ ਬੋਰਡ, ਡੋਡੇ ਮਿਲਦੇ ਹਨ ਜੀ। ਅਤੇ ਆਹ ਤੁਹਾਨੂੰ ਲੋਕੇਸ਼ਨ ਇੱਕ ਵਾਰੀ ਫਿਰ ਦੱਸ ਦਈਏ ਕਿ ਇਹ ਸਾਹਮਣੇ ਜਿਹੜਾ ਰੋਡ ਆ ਇਹ ਜਾਂਦਾ ਹੇਜ਼ ਨੂੰ, ਅਤੇ ਇਹ ਸਾਹਮਣੇ ਮੀਰੀ ਪੀਰੀ ਗੁਰਦੁਆਰਾ ਸਾਹਿਬ ਹੈ ਨਾ, ਮੀਰੀ ਪੀਰੀ ਗੁਰਦੁਆਰਾ ਸਾਹਿਬ ਹੀ ਆ। ਹਾਂ, ਆਹ ਲੱਗ ਗਏ ਆਪਣੇ ਮੀਰੀ ਪੀਰੀ ਗੁਰਦੁਆਰਾ ਸਾਹਿਬ ਆ ਅਤੇ 10 ਦੁਕਾਨਾਂ ਛੱਡ ਕੇ, ਹੈ ਨਾ। ਅਤੇ ਇੱਧਰਲੇ ਪਾਸੇ ਹੈਗਾ ਆਪਣੇ ਬ੍ਰੌਡਵੇ, ਸਾਰਾ ਜਿਹੜਾ ਸਾਊਥ ਹਾਲ ਦਾ ਆ। ਅਤੇ ਇਹਦੇ 'ਤੇ ਹੀ ਇਹ ਸ਼ੋਪ ਆ, ਏਸ਼ੀਅਨ ਮੀਟ ਸ਼ੋਪ। ਅਤੇ ਬਾਈ ਹੁਣਾਂ ਦੇ ਇੱਥੇ ਮਿਲਦੇ ਆ ਜੀ ਡੋਡੇ ਪੀਸੇ ਹੋਏ, ਅਤੇ ਉਹੀ ਜਿਹੜਾ ਹਿਸਾਬ ਆ 100 ਗ੍ਰਾਮ ਦਾ ਪੈਕਟ ਮਿਲਦਾ ਆ ਕੋਈ 10 ਕੁ ਪੌਂਡ ਦਾ, ਮਤਲਬ ਕਿ 1 ਕਿਲੋ ਡੋਡੇ ਹੋ ਗਏ 100 ਪੌਂਡ ਦੇ, ਯਾਨੀ ਕਿ 10,000 ਦੇ ਸਮਥਿੰਗ 1 ਕਿਲੋ ਹੋ ਜਾਂਦੇ ਡੋਡੇ, 10,000 ਨੂੰ ਕਿਲੋ ਮਿਲਦੇ ਆ। ਅਤੇ ਇੰਡੀਆ ਨਾਲੋਂ ਮਹਿੰਗੇ ਆ ਜਾਂ ਸਸਤੇ ਆ, ਤੁਸੀਂ ਆਪ ਹਿਸਾਬ ਲਾ ਲਿਓ। ਅਤੇ ਇੱਥੇ 100-100 ਗ੍ਰਾਮ ਦੇ ਬਾਈ ਹੁਣੀ ਪੈਕ ਪੀਸ ਕੇ ਬਣਾ ਕੇ ਰੱਖੇ ਹੁੰਦੇ ਆ, ਅਤੇ ਇੱਥੇ ਬਾਈ ਹੁਣਾਂ ਦੇ ਕੋਲੋਂ ਤੁਸੀਂ ਆ ਕੇ ਜਿਹੜੇ ਵੀ ਭਰਾ ਲੈਣਾ ਚਾਹੁੰਦੇ ਆ, ਜਿਹੜੇ ਵੀ ਚਾਹਵਾਨ ਆ, ਉਹ ਬਾਈ ਹੁਣਾਂ ਨਾਲ ਕੰਟੈਕਟ ਕਰ ਸਕਦੇ ਆ। ਆਹ ਨੰਬਰ ਵੀ ਹੈਗਾ ਜੀ ਉੱਪਰ। ਅਤੇ ਇੱਕ ਵਾਰੀ ਤੁਹਾਨੂੰ ਲੋਕੇਸ਼ਨ ਫਿਰ ਦੱਸਦੀ ਹੈ ਜੀ, ਇੱਧਰ ਮੀਰੀ ਪੀਰੀ ਗੁਰਦੁਆਰਾ ਸਾਹਿਬ ਆ ਅਤੇ ਇੱਧਰ ਆਹ ਬ੍ਰੌਡਵੇ ਰੋਡ ਆ, ਅਤੇ ਬਾਈ ਜੀ ਹੁਣਾਂ ਦੀ ਦੁਕਾਨ ਆ ਏਸ਼ੀਅਨ ਮੀਟ ਪੋਲਟਰੀ, ਹੈ ਨਾ। ਅਤੇ ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਭਰਾਵਾਂ ਨੇ, ਜਦੋਂ ਲਾਸਟ ਵਾਰੀ ਵੀਡੀਓ ਦੇਖੀ ਸੀ ਤਾਂ ਬਹੁਤ ਸਾਰੇ ਭਰਾਵਾਂ ਨੇ ਕਮੈਂਟ ਕੀਤੇ ਸੀ ਕਿ ਪੰਜਾਬ ਦੇ ਵਿੱਚ ਵੀ ਸਰਕਾਰ ਨੂੰ ਡੋਡੇ ਜਿਹੜੇ ਆ ਲੀਗਲ ਕਰ ਦੇਣੇ ਚਾਹੀਦੇ ਆ, ਡੋਡਿਆਂ ਦੀ ਖੇਤੀ ਲੀਗਲ ਕਰ ਦੇਣੀ ਚਾਹੀਦੀ ਆ ਤਾਂ ਕਿ ਜਿਹੜੇ ਆਪਣੇ ਨੌਜਵਾਨ ਆ ਉਹ ਜਿਹੜੇ ਚਿੱਟੇ ਵਰਗੇ ਸਿੰਥੈਟਿਕ ਨਸ਼ਿਆਂ ਤੋਂ ਜਾਣ ਬਚ ਸਕਣ, ਹੈ ਨਾ। ਅਤੇ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ, ਅਤੇ ਜਿਹੜੇ ਜਿਹੜੇ ਬਾਈ ਇੰਗਲੈਂਡ ਦੇ ਵਿੱਚ ਆ ਸਾਊਥ ਹਾਲ ਦੇ ਵਿੱਚ ਆ, ਉਹ ਬਾਈ ਜੀ ਹੁਣਾਂ ਨਾਲ ਜ਼ਰੂਰ ਸੰਪਰਕ ਕਰਨ, ਜਿਹੜੇ ਵੀ ਇੱਥੇ ਪੀਸੇ ਹੋਏ ਡੋਡੇ ਲੱਭਦੇ ਆ ਅਤੇ ਉਹ ਇਸ ਦੁਕਾਨ ਤੋਂ ਆ ਕੇ ਤੁਸੀਂ ਭਾਈ ਜੀ ਡੋਡੇ ਲੈ ਸਕਦੇ ਆ। ਅਤੇ ਅੱਜ ਤੁਹਾਨੂੰ ਅੰਦਰ ਲੈ ਕੇ ਚੱਲਦੇ ਹਾਂ
ਅੰਦਰ ਤੁਹਾਨੂੰ ਦਿਖਾਉਂਦੇ ਆ ਸ਼ੌਪ ਵੀ ਤੇ ਇੱਥੇ ਨਾ ਮਤਲਬ ਆਫਰ ਲੱਗੇ ਰਹਿੰਦੇ ਆ ਜਿੱਦਾਂ ਪਰ ਡੇਜ਼ ਦਾ ਕੋਈ ਨਾ ਕੋਈ ਆਫਰ ਬਾਈ ਹੋਣੀ ਆਪਣੀ ਸ਼ੌਪ ਦੇ ਉੱਪਰ ਲਾਈ ਰੱਖਦੇ ਆ ਤੇ ਆਹ ਦੇਖੋ ਜੀ ਆਇਆਂ ਨੂੰ ਮੀਟ ਝਟਕੇ ਦਾ ਹੈ ਨਾ ਅਤੇ ਡੋਡੇ ਮਿਲਦੇ ਹਨ ਜੀ ਅਤੇ ਇੱਥੇ ਇੱਕ ਖਾਸ ਗੱਲ ਆ ਜਿੱਦਾਂ ਹੈ ਨਾ ਅਤੇ ਇੱਥੇ ਚਲੋ ਮੀਟ ਦੀ ਤਾਂ ਸਾਰੀ ਕੁਆਲਿਟੀ ਵਧੀਆ ਹੁੰਦੀ ਆ ਜਿੱਦਾਂ ਨਾ ਤੁਸੀਂ ਬਾਹਰਲੀ ਕਿਸੇ ਵੀ ਕੰਟਰੀ ਚਲ ਜਾਓ ਐਨ ਮਾੜੀ ਕੁਆਲਿਟੀ ਤਾਂ ਕੋਈ ਬੰਦਾ ਵੇਚ ਹੀ ਨਹੀਂ ਸਕਦਾ ਐਨ ਘੈਂਟ ਕੁਆਲਿਟੀ ਆ ਅਤੇ ਸਫਾਈ ਦੇਖੋ ਕਿੰਨੀ ਆ ਅਤੇ ਨਾਲ ਮੇਨ ਚੀਜ਼ ਜਿਹੜੀ ਆ ਨਾ ਇੱਧਰ ਆ ਦੇਖੋ ਆ ਸਾਰੇ ਇੰਡੀਅਨ ਮਸਾਲੇ ਜਿਹੜੇ ਮਿਲ ਜਾਂਦੇ ਆ ਇੱਥੋਂ ਜਾਣੀ ਕਿ ਜਦੋਂ ਤੁਸੀਂ ਚਿਕਨ ਬਣਾਉਣਾ ਕਿਸੇ ਨੇ ਕੁਛ ਬਣਾਉਣਾ ਉਹਨੂੰ ਮਸਾਲੇ ਮਸੂਲੇ ਕਿਤੇ ਹੋਰ ਲੈਣ ਜਾਣ ਦੀ ਲੋੜ ਨਹੀਂ ਇੱਥੋਂ ਸਾਰਾ ਕੁਛ ਏ ਟੂ ਜੈਡ ਸਮਾਨ ਮਿਲ ਜਾਂਦਾ ਬਾਈ ਜੀ ਹੋਣਾਂ ਕੋਲ ਅਤੇ ਬਾਈ ਹੋਣਾਂ ਤੋਂ ਆਹ ਸਾਰਾ ਇਹ ਸਮਾਨ ਮਿਲਦਾ ਆ ਅਤੇ ਜਦੋਂ ਵੀ ਇੱਥੇ ਕੋਈ ਤਿਉਹਾਰ ਆਉਂਦਾ ਆ ਜਿੱਦਾਂ ਹੈ ਨਾ ਅਤੇ ਆਹ ਸਾਰੀਆਂ ਆਪਣੇ ਅਲਕੋਹਲ ਵਗੈਰਾ ਅਤੇ ਬਾਈ ਹੋਣਾਂ ਕੋਲ ਇੱਧਰ ਆਹ ਦੇਖੋ ਜੀ ਇਹਨਾਂ ਨੇ ਪਟਾਕਿਆਂ ਦਾ ਵੀ ਹੋਲਸੇਲ ਦਾ ਕੰਮ ਆ ਇਹਨਾਂ ਦਾ ਜਿੱਦਾਂ ਹੈ ਨਾ ਤੁਸੀਂ ਆਮ ਇੱਥੇ ਇੰਗਲੈਂਡ ਦੇ ਵਿੱਚ ਕਿਸੇ ਹੋਰ ਸ਼ੋਪ ਤੋਂ ਪਟਾਕੇ ਲਉਂਗੇ ਤੁਹਾਨੂੰ ਕਾਫੀ ਪਟਾਕੇ ਮਹਿੰਗੇ ਮਿਲੂਗੇ ਕਿਉਂਕਿ ਜਿਹੜੇ ਬਾਈ ਇੱਥੇ ਇੰਗਲੈਂਡ 'ਚ ਰਹਿੰਦੇ ਉਹ ਪਟਾਕੇ ਲੈਂਦੇ ਉਹਨਾਂ ਨੂੰ ਪਤਾ ਹੀ ਹੋਣਾ ਹੈ ਨਾ ਅਤੇ ਇੱਥੇ ਇਹਨਾਂ ਕੋਲ ਬਾਈ ਹੋਣਾਂ ਕੋਲ ਹੁਣ ਤਾਂ ਚਲੋ ਹਲੇ ਦਿਵਾਲੀ ਲੱਗ ਗਏ ਹੈ ਨਹੀਂ ਕਿ ਤਾਂ ਇਸ ਵੇਲੇ ਥੋੜ੍ਹਾ ਘੱਟ ਆ ਸਟੋਕ ਨਹੀਂ ਤਾਂ ਬਹੁਤ ਸਾਰਾ ਚੰਗਾ ਇੱਕ ਪੂਰਾ ਇਹਨਾਂ ਨੇ ਸਟੋਕ ਪੂਰਾ ਐਨ ਰੱਖਿਆ ਹੁੰਦਾ ਦਿਵਾਲੀ ਦੁਆਲੇ ਅਤੇ ਪੂਰਾ ਪਟਾਕਿਆਂ ਦਾ ਵੀ ਪੂਰਾ ਸਟੋਕ ਹੁੰਦਾ ਅਤੇ ਪਟਾਕਿਆਂ ਦਾ ਵੀ ਹੋਲਸੇਲ ਦਾ ਬਾਈ ਹੋਣਾਂ ਦਾ ਕੰਮ ਆ ਅਤੇ ਜੇ ਤਾਂ ਤੁਸੀਂ ਪਟਾਕੇ ਵੀ ਲੈਣੇ ਹੋਏ ਦਿਵਾਲੀ 'ਤੇ ਕਿਸੇ ਜਨਮਦਿਨ 'ਤੇ ਕਿਸੇ ਹੋਰ ਤਿਉਹਾਰ 'ਤੇ ਤਾਂ ਬਾਈ ਜੀ ਹੋਣਾਂ ਕੋਲ ਜ਼ਰੂਰ ਪਹੁੰਚਿਓ ਅਤੇ ਆਹ ਦੇਖੋ ਆਹ ਸਵਾਰੀਆਂ ਤੁਹਾਨੂੰ ਦਿਖਾ ਦਿੰਦੇ ਹਾਂ ਲਓ ਜੀ ਗੱਡਗੜੀਆਂ ਸਵਾਰੀਆਂ ਦੇਖੋ ਆਹ ਦੇਖੋ ਜੀ ਏਸ਼ੀਅਨ ਮੀਟ ਸ਼ੌਪ ਆ ਜੀ ਇਹ ਆਹ ਦੇਖੋ ਜੀ ਪਟਾਕਿਆਂ ਦੀ ਵੀ ਔਫਰ ਲੱਗੀ ਹੁੰਦੀ ਹੈ ਇੱਕ ਇੱਕ ਖਰੀਦੋ ਇੱਕ ਨਾ ਇੱਕ ਫਰੀ ਹੈ ਨਾ ਅਤੇ ਜੇਕਰ ਤੁਸੀਂ ਬਾਈ ਜੀ ਮੀਟ ਲੈਣਾ ਵਧੀਆ ਕੁਆਲਿਟੀ ਦਾ ਤਾਂ ਵੀ ਬਾਈ ਜੀ ਹੋਣਾਂ ਕੋਲ ਪਹੁੰਚੋ ਇੰਡੀਅਨ ਮਸਾਲੇ ਲੈਣੇ ਆ ਤਾਂ ਵੀ ਬਾਈ ਜੀ ਹੋਣਾਂ ਕੋਲ ਪਹੁੰਚੋ ਪਟਾਕੇ ਲੈਣੇ ਆ ਤਾਂ ਵੀ ਬਾਈ ਜੀ ਹੋਣਾਂ ਕੋਲ ਪਹੁੰਚੋ ਅਤੇ ਜੇ ਕੋਈ ਬਾਈ ਇਸ ਚੀਜ਼ ਦਾ ਸ਼ੌਕੀਨ ਹੈਗਾ ਤਾਂ ਉਹ ਵੀ ਬਾਈ ਜੀ ਹੋਣਾਂ ਕੋਲ ਪਹੁੰਚ ਸਕਦਾ ਅਤੇ ਜੇ ਕਿਸੇ ਨੇ ਖਾਸ ਬਾਈ ਡੋਡਿਆਂ ਦਾ ਸ਼ੌਕੀਨ ਆ ਤਾਂ ਉਹ ਵੀ ਬਾਈ ਜੀ ਹੋਣਾਂ ਕੋਲ ਪਹੁੰਚ ਕਰ ਸਕਦਾ ਅਤੇ ਡੋਡੇ ਤੁਹਾਨੂੰ ਮਿਲੂਗੇ ਇੱਕ ਨੰਬਰ ਦਾ ਐਨ ਪਿਓਰ ਅਤੇ ਪੀਸਿਆ ਹੋਇਆ ਸਮਾਨ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਜੀ ਤਾਂ ਕਿ ਜਿਹੜੇ ਇੰਗਲੈਂਡ 'ਚ ਬਾਈ ਰਹਿੰਦੇ ਆ ਪੁੱਛਦੇ ਰਹਿੰਦੇ ਆ ਬਈ ਪੀਸੇ ਹੋਏ ਡੋਡੇ ਕਿੱਥੋਂ ਮਿਲਦੇ ਆ ਅਤੇ ਉਹਨਾਂ ਨੂੰ ਪਤਾ ਲੱਗ ਸਕੇ ਕਿ ਆਹ ਇੱਕ ਐਡਰੈਸ ਆ ਜੀ ਸਾਊਥ ਹਾਲ ਦੇ ਵਿੱਚ ਅਤੇ ਜਿੱਥੋਂ ਇਹ ਸਾਰਾ ਸਮਾਨ ਮਿਲਦਾ ਆ ਜੇਕਰ ਵੀਡੀਓ ਚੰਗੀ ਲੱਗੀ ਤਾਂ ਜੀ ਕਮੈਂਟ ਜ਼ਰੂਰ ਕਰਿਓ ਅਤੇ ਸ਼ੇਅਰ ਜ਼ਰੂਰ ਕਰਿਓ ਮਿਲਦੇ ਹਾਂ ਜੀ ਕਿਸੇ ਹੋਰ ਵੀਡੀਓ 'ਤੇ ਤਦ ਤੱਕ ਲਈ ਰੱਬ ਰੱਖਾ ਅਤੇ ਆਹ ਦੇਖੋ ਜੀ ਤੁਸੀਂ ਬੋਰਡ ਡੋਡੇ ਮਿਲਦੇ ਹਨ ਜੀ ਕਿ ਪੰਜਾਬ ਦੇ ਵਿੱਚ ਵੀ ਸਰਕਾਰ ਨੂੰ ਡੋਡੇ ਜਿਹੜੇ ਆ ਲੀਗਲ ਕਰ ਦੇਣੇ ਚਾਹੀਦੇ ਆ ਡੋਡਿਆਂ ਦੀ ਖੇਤੀ ਲੀਗਲ ਕਰ ਦੇਣੀ ਚਾਹੀਦੀ ਆ ਤਾਂ ਕਿ ਜਿਹੜੇ ਆਪਣੇ ਨੌਜਵਾਨ ਆ ਉਹ ਜਿਹੜੇ ਚਿੱਟੇ ਵਰਗੇ ਸਿੰਥੈਟਿਕ ਨਸ਼ਿਆਂ ਤੋਂ ਜਾਣ ਬਚ ਸਕਣ ਹੈ ਨਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਇੱਕ ਹੋਰ ਵੀਡੀਓ ਦੇ ਵਿੱਚ ਅਤੇ ਅੱਜ ਆਪਾਂ ਖੜੇ ਹਾਂ ਜੀ ਸਾਊਥ ਹਾਲ ਬ੍ਰੌਡਵੇ ਦੇ ਉੱਪਰ ਅਤੇ ਅੱਗੇ ਇੱਕ ਵੀਡੀਓ ਬਣਾਈ ਸੀ ਕਿ ਲੰਡਨ ਦੇ ਵਿੱਚ ਜਿਹੜੇ ਡੋਡੇ ਆ ਉਹ ਮਿਲਦੇ ਆ ਲੀਗਲ ਹੈ ਨਾ ਇੱਥੇ ਆਮ ਸ਼ੋਪਾਂ 'ਤੇ ਮਿਲ ਜਾਂਦੇ ਆ ਪੀਸੇ ਹੋਏ ਮਿਲ ਜਾਂਦੇ ਆ ਅਤੇ ਬਿਨਾਂ ਪੀਸੇ ਹੋਏ ਜਿੱਦਾਂ ਫੁੱਲ ਵੀ ਮਿਲ ਜਾਂਦੇ ਆ ਹੈ ਨਾ ਅਤੇ ਬਹੁਤ ਸਾਰੇ ਭਰਾਵਾਂ ਨੇ ਉਹ ਵੀਡੀਓ ਬਣਾਈ ਸੀ ਆਪਾਂ ਹੇਜ਼ ਦੀ ਅਤੇ ਬਹੁਤ ਸਾਰੇ ਭਰਾਵਾਂ ਦੇ ਉਦੋਂ ਕਮੈਂਟ ਆਉਂਦੇ ਸੀ ਮੈਸੇਜ ਆਉਂਦੇ ਸੀਗੇ ਕਿ ਬਾਈ ਜੀ ਸਾਊਥ ਹਾਲ ਦੇ ਵਿੱਚ ਡੋਡੇ ਕਿੱਥੋਂ ਮਿਲਦੇ ਆ ਹੈ ਨਾ ਅਤੇ ਅੱਜ ਆਪਾਂ ਵੈਸੇ ਹੀ ਇੱਧਰ ਰੋਡ 'ਤੇ ਘੁੰਮਦੇ ਸੀਗੇ ਅਤੇ ਇੱਕ ਸ਼ੋਪ ਆਪਾਂ ਨੂੰ ਮਿਲੀ ਆ ਜਿੱਥੇ ਸ਼ੋਪ ਦੇ ਉੱਪਰ ਉਹਨਾਂ ਨੇ ਬਾਹਰ ਲਿਖ ਕੇ ਲਾਇਆ ਹੋਇਆ ਕਿ ਇੱਥੇ ਡੋਡੇ ਮਿਲਦੇ ਆ ਅਤੇ ਅੱਜ ਉਹ ਤੁਹਾਨੂੰ ਦੱਸਦੇ ਹਾਂ ਕਿ ਉਹ ਸ਼ੋਪ ਕਿੱਥੇ ਆ ਅਤੇ ਆਪਾਂ ਹੈਗੇ ਬ੍ਰੌਡਵੇ ਦੇ ਉੱਪਰ ਇੱਧਰੋਂ ਕੋਈ ਲੈਂਡਮਾਰਕ ਕਿਹੜਾ ਨੇੜੇ ਦੱਸੀ ਆ ਇਹ ਸਾਹਮਣੇ ਬ੍ਰੌਡਵੇ ਆ ਜਿੱਦਾਂ ਰੋਡ ਆ ਜਿਹੜਾ ਮੈਂ ਤੁਹਾਨੂੰ ਦਿਖਾ ਦਿੰਦਾ ਇਹ ਸਾਹਮਣੇ ਸਾਊਥ ਹਾਲ ਬ੍ਰੌਡਵੇ ਆ ਅਤੇ ਇੱਧਰ ਇਹ ਰੋਡ ਜਾਂਦਾ ਉਹ ਟ੍ਰੈਂਟੀ ਰੋਡ ਦੇ ਲੱਗ ਗਈ ਆ ਬਿਲਕੁਲ ਹਾਂ ਉਹ ਸਾਹਮਣੇ ਟ੍ਰੈਂਟੀ ਰੋਡ ਦਾ ਬੱਸ ਸਟਾਪ ਆ ਆਹ ਵਿੱਚ ਜਿਹੜਾ ਉੱਧਰ ਉਹ ਉੱਥੇ ਅੱਗੇ ਜਾ ਕੇ ਉਹ ਟ੍ਰੈਂਟੀ ਰੋਡ ਆ ਹੈ ਨਾ ਅਤੇ ਇੱਥੇ ਆ ਸਿੱਧਾ ਹੀ ਇੱਧਰਲੇ ਪਾਸੇ ਹੈਗਾ ਬ੍ਰੌਡਵੇ ਅਤੇ ਇੱਧਰ ਆ ਜਾਂਦਾ ਹੇਜ ਅਤੇ ਬਹੁਤ ਸਾਰੇ ਭਰਾ ਪੁੱਛਦੇ ਸੀ ਕਿ ਸਾਊਥ ਹਾਲ ਦੇ ਵਿੱਚ ਡੋਡੇ ਕਿੱਥੋਂ ਮਿਲਦੇ ਆ ਅਤੇ ਤੁਹਾਨੂੰ ਦਿਖਾਉਂਦੇ ਹਾਂ ਆਪਾਂ ਇੱਕ ਸ਼ੋਪ ਲੱਭੀ ਆ ਅਤੇ ਬਾਈ ਜੀ ਹੁਣੀ ਹੈਗੇ ਆ ਏਸ਼ੀਅਨ ਮੀਟ ਐਂਡ ਪੋਲਟਰੀ ਅਤੇ ਬਾਈ ਹੁਣਾਂ ਦੇ ਕੋਲ ਇੱਥੇ ਮੀਟ ਮਿਲਦਾ ਜੀ ਝਟਕੇ ਦਾ ਮੀਟ ਮਿਲਦਾ ਅਤੇ ਹੋਰ ਵੀ ਜਿਹੜਾ ਚਿਕਨ ਹੁੰਦਾ ਜੋ ਜੋ ਵੀ ਇੰਗਲੈਂਡ ਦੇ ਵਿੱਚ ਜਿਹੜੇ ਜਿਹੜੇ ਮੀਟ ਹੁੰਦੇ ਆ ਨਾ ਉਹ ਸਾਰੇ ਮੀਟ ਮਿਲਦੇ ਆ ਅਤੇ ਆਹ ਤੁਹਾਨੂੰ ਦਿਖਾ ਦਿੰਦੇ ਹਾਂ ਪੰਜਾਬੀ ਮੀਟ ਦੀ ਦੁਕਾਨ ਅਤੇ ਆਹ ਦੇਖੋ ਜੀ ਤੁਸੀਂ ਬੋਰਡ
ਡੋਡੇ ਮਿਲਦੇ ਹਨ ਜੀ। ਤੇ ਆਹ ਹੁਣ ਤੁਹਾਨੂੰ ਲੋਕੇਸ਼ਨ ਇੱਕ ਵਾਰੀ ਫਿਰ ਦੱਸ ਦਈਏ ਕਿ ਇਹ ਸਾਹਮਣੇ ਜਿਹੜਾ ਰੋਡ ਆ ਇਹ ਜਾਂਦਾ ਹੇਜ਼ ਨੂੰ, ਤੇ ਇਹ ਸਾਹਮਣੇ ਮੀਰੀ ਪੀਰੀ ਗੁਰਦੁਆਰਾ ਸਾਹਿਬ ਹੈ ਨਾ, ਮੀਰੀ ਪੀਰੀ ਗੁਰਦੁਆਰਾ ਸਾਹਿਬ ਹੀ ਆ। ਹਾਂ, ਆਹ ਲਾਗੇ ਆਪਣੇ ਮੀਰੀ ਪੀਰੀ ਗੁਰਦੁਆਰਾ ਸਾਹਿਬ ਆ, ਅਤੇ 10 ਦੁਕਾਨਾਂ ਛੱਡ ਕੇ ਹੈ ਨਾ, ਅਤੇ ਇੱਧਰਲੇ ਪਾਸੇ ਹੈਗਾ ਆਪਣੇ ਬਰੋਡਵੇ ਸਾਰਾ ਜਿਹੜਾ ਸਾਊਥ ਹਾਲ ਦਾ ਆ, ਅਤੇ ਇਹਦੇ 'ਤੇ ਹੀ ਇਹ ਸ਼ੋਪ ਆ ਏਸ਼ੀਅਨ ਮੀਟ ਸ਼ੋਪ, ਅਤੇ ਬਾਈ ਹੁਣਾਂ ਦੇ ਇੱਥੇ ਮਿਲਦੇ ਆ ਜੀ ਡੋਡੇ ਪੀਸੇ ਹੋਏ, ਅਤੇ ਉਹੀ ਜਿਹੜਾ ਹਿਸਾਬ ਆ 100 ਗ੍ਰਾਮ ਦਾ ਪੈਕਟ ਮਿਲਦਾ ਆ ਕੋਈ 10 ਕੁ ਪੌਂਡ ਦਾ, ਮਤਲਬ ਕਿ 1 ਕਿਲੋ ਡੋਡੇ ਹੋ ਗਏ 100 ਪੌਂਡ ਦੇ, ਯਾਨੀ ਕਿ 10,000 ਦੇ ਸਮਥਿੰਗ 1 ਕਿਲੋ ਹੋ ਜਾਂਦੇ ਡੋਡੇ, 10,000 ਨੂੰ ਕਿਲੋ ਮਿਲਦੇ ਆ, ਅਤੇ ਇੰਡੀਆ ਨਾਲੋਂ ਮਹਿੰਗੇ ਆ ਜਾਂ ਸਸਤੇ ਆ ਤੁਸੀਂ ਆਪ ਹਿਸਾਬ ਲਾ ਲਿਓ। ਅਤੇ ਇੱਥੇ 100-100 ਗ੍ਰਾਮ ਦੇ ਬਾਈ ਹੋਣੀ ਪੈਕ ਪੀਸ ਕੇ ਬਣਾ ਕੇ ਰੱਖੇ ਹੁੰਦੇ ਆ, ਅਤੇ ਇੱਥੇ ਬਾਈ ਹੋਣਾਂ ਦੇ ਕੋਲੋਂ ਤੁਸੀਂ ਆ ਕੇ ਜਿਹੜੇ ਵੀ ਭਰਾ ਲੈਣਾ ਚਾਹੁੰਦੇ ਆ, ਜਿਹੜੇ ਵੀ ਚਾਹਵਾਨ ਆ, ਉਹ ਬਾਈ ਹੋਣਾਂ ਨਾਲ ਕੰਟੈਕਟ ਕਰ ਸਕਦੇ ਆ। ਆਹ ਨੰਬਰ ਵੀ ਹੈਗਾ ਜੀ ਉੱਪਰ, ਅਤੇ ਇੱਕ ਵਾਰੀ ਤੁਹਾਨੂੰ ਲੋਕੇਸ਼ਨ ਫਿਰ ਦੱਸਦੀ ਹੈ ਜੀ, ਇੱਧਰ ਮੀਰੀ ਪੀਰੀ ਗੁਰਦੁਆਰਾ ਸਾਹਿਬ ਆ, ਅਤੇ ਇੱਧਰ ਆਹ ਬਰੋਡਵੇ ਰੋਡ ਆ, ਅਤੇ ਬਾਈ ਜੀ ਹੋਣਾਂ ਦੀ ਦੁਕਾਨ ਆ ਏਸ਼ੀਅਨ ਮੀਟ ਪੋਲਟਰੀ, ਹੈ ਨਾ। ਅਤੇ ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਭਰਾਵਾਂ ਨੇ, ਜਦੋਂ ਲਾਸਟ ਵਾਰੀ ਵੀਡੀਓ ਦੇਖੀ ਸੀ ਤਾਂ ਬਹੁਤ ਸਾਰੇ ਭਰਾਵਾਂ ਨੇ ਕਮੈਂਟ ਕੀਤੇ ਸੀ ਕਿ ਪੰਜਾਬ ਦੇ ਵਿੱਚ ਵੀ ਸਰਕਾਰ ਨੂੰ ਡੋਡੇ ਜਿਹੜੇ ਆ ਲੀਗਲ ਕਰ ਦੇਣੇ ਚਾਹੀਦੇ ਆ, ਡੋਡਿਆਂ ਦੀ ਖੇਤੀ ਲੀਗਲ ਕਰ ਦੇਣੀ ਚਾਹੀਦੀ ਆ, ਤਾਂ ਕਿ ਜਿਹੜੇ ਆਪਣੇ ਨੌਜਵਾਨ ਆ ਉਹ ਜਿਹੜੇ ਚਿੱਟੇ ਵਰਗੇ ਸਿੰਥੈਟਿਕ ਨਸ਼ਿਆਂ ਤੋਂ ਜਾਣ ਬਚ ਸਕਣ, ਹੈ ਨਾ। ਅਤੇ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ, ਅਤੇ ਜਿਹੜੇ ਜਿਹੜੇ ਬਾਈ ਇੰਗਲੈਂਡ ਦੇ ਵਿੱਚ ਆ, ਸਾਊਥ ਹਾਲ ਦੇ ਵਿੱਚ ਆ, ਉਹ ਬਾਈ ਜੀ ਹੁਣਾਂ ਨਾਲ ਜ਼ਰੂਰ ਸੰਪਰਕ ਕਰਨ, ਜਿਹੜੇ ਵੀ ਇੱਥੇ ਪੀਸੇ ਹੋਏ ਡੋਡੇ ਲੱਭਦੇ ਆ, ਅਤੇ ਉਹ ਇਸ ਦੁਕਾਨ ਤੋਂ ਆ ਕੇ ਤੁਸੀਂ ਭਾਈ ਡੋਡੇ ਲੈ ਸਕਦੇ ਆ। ਅਤੇ ਆ ਜਾਓ, ਤੁਹਾਨੂੰ ਅੰਦਰ ਲੈ ਕੇ ਚੱਲਦੇ ਹਾਂ, ਅੰਦਰ ਤੁਹਾਨੂੰ ਦਿਖਾਉਂਦੇ ਹਾਂ ਸ਼ੋਪ ਵੀ। ਅਤੇ ਇੱਥੇ ਨਾ ਮਤਲਬ ਔਫਰ ਲੱਗੇ ਰਹਿੰਦੇ, ਜਿੱਦਾਂ ਪਰ ਡੇਜ਼ ਦਾ ਕੋਈ ਨਾ ਕੋਈ ਔਫਰ ਬਾਈ ਜੀ ਹੁਣੀ ਆਪਣੀ ਸ਼ੋਪ ਦੇ ਉੱਪਰ ਲਾਈ ਰੱਖਦੇ ਆ। ਅਤੇ ਆਹ ਦੇਖੋ ਜੀ, ਐਂ ਨੂੰ ਮੀਟ ਝਟਕੇ ਦਾ, ਹੈ ਨਾ, ਅਤੇ ਡੋਡੇ ਮਿਲਦੇ ਹਨ ਜੀ। ਅਤੇ ਇੱਥੇ ਇੱਕ ਖਾਸ ਗੱਲ ਆ, ਜਿੱਦਾਂ ਹੈ ਨਾ, ਅਤੇ ਇੱਥੇ ਚਲੋ ਮੀਟ ਦੀ ਤਾਂ ਸਾਰੀ ਕੁਆਲਿਟੀ ਵਧੀਆ ਹੁੰਦੀ ਆ, ਜਿੱਦਾਂ ਨਾ ਤੁਸੀਂ ਬਾਹਰਲੀ ਕਿਸੇ ਵੀ ਕੰਟਰੀ ਚਲ ਜਾਓ, ਐਨ ਮਾੜੀ ਕੁਆਲਿਟੀ ਦਾ ਕੋਈ ਬੰਦਾ ਵੇਚ ਹੀ ਨਹੀਂ ਸਕਦਾ, ਐਨ ਘੈਂਟ ਕੁਆਲਿਟੀ ਆ, ਅਤੇ ਸਫਾਈ ਦੇਖੋ ਕਿੰਨੀ ਆ। ਅਤੇ ਨਾਲ ਮੇਨ ਚੀਜ਼ ਜਿਹੜੀ ਆ ਨਾ, ਇੱਧਰ ਆ ਦੇਖੋ, ਆ ਸਾਰੇ ਇੰਡੀਅਨ ਮਸਾਲੇ ਜਿਹੜੇ ਮਿਲ ਜਾਂਦੇ ਆ ਇੱਥੋਂ, ਯਾਨੀ ਕਿ ਜਦੋਂ ਤੁਸੀਂ ਚਿਕਨ ਬਣਾਉਣਾ, ਕਿਸੇ ਨੇ ਕੁਛ ਬਣਾਉਣਾ, ਉਹਨੂੰ ਮਸਾਲੇ ਮਸੂਲੇ ਕਿਤੇ ਹੋਰ ਲੈਣ ਜਾਣ ਦੀ ਲੋੜ ਨਹੀਂ, ਇੱਥੋਂ ਸਾਰਾ ਕੁਛ A to Z ਸਮਾਨ ਮਿਲ ਜਾਂਦਾ ਬਾਈ ਜੀ ਹੋਣਾਂ ਕੋਲ। ਅਤੇ ਬਾਈ ਹੋਣਾਂ ਤੋਂ ਆਹ ਸਾਰਾ ਇਹ ਸਮਾਨ ਮਿਲਦਾ ਆ, ਅਤੇ ਜਦੋਂ ਵੀ ਇੱਥੇ ਕੋਈ ਤਿਉਹਾਰ ਆਉਂਦਾ ਆ ਜਿੱਦਾਂ, ਹੈ ਨਾ, ਅਤੇ ਆਹ ਸਾਰੀਆਂ ਆਪਣੇ ਅਲਕੋਹਲ ਵਗੈਰਾ, ਅਤੇ ਬਾਈ ਹੋਣਾਂ ਕੋਲ ਇੱਧਰ ਆਹ ਦੇਖੋ ਜੀ, ਇਹਨਾਂ ਨੇ ਪਟਾਕਿਆਂ ਦਾ ਵੀ ਹੋਲਸੇਲ ਦਾ ਕੰਮ ਆ ਇਹਨਾਂ ਦਾ, ਜਿੱਦਾਂ ਹੈ ਨਾ, ਤੁਸੀਂ ਆਮ ਇੱਥੇ ਇੰਗਲੈਂਡ ਦੇ ਵਿੱਚ ਕਿਸੇ ਹੋਰ ਸ਼ੋਪ ਤੋਂ ਪਟਾਕੇ ਲਉਂਗੇ ਤੁਹਾਨੂੰ ਕਾਫੀ ਪਟਾਕੇ ਮਹਿੰਗੇ ਮਿਲੂਗੇ, ਕਿਉਂਕਿ ਜਿਹੜੇ ਬਾਈ ਇੱਥੇ ਇੰਗਲੈਂਡ 'ਚ ਰਹਿੰਦੇ ਉਹ ਪਟਾਕੇ ਲੈਂਦੇ, ਉਹਨਾਂ ਨੂੰ ਪਤਾ ਹੀ ਹੋਣਾ, ਹੈ ਨਾ। ਅਤੇ ਇੱਥੇ ਇਹਨਾਂ ਕੋਲ ਬਾਈ ਹੋਣਾਂ ਕੋਲ ਹੁਣ ਤਾਂ ਚਲੋ ਹਲੇ ਦਿਵਾਲੀ ਲੱਗ ਗਏ ਹੈ ਨਹੀਂ ਕਿ, ਤਾਂ ਇਸ ਵੇਲੇ ਥੋੜ੍ਹਾ ਘੱਟ ਆ ਸਟੋਕ, ਨਹੀਂ ਤਾਂ ਬਹੁਤ ਸਾਰਾ ਚੰਗਾ ਇੱਕ ਪੂਰਾ ਇਹਨਾਂ ਨੇ ਸਟੋਕ ਪੂਰਾ ਐਨ ਰੱਖਿਆ ਹੁੰਦਾ ਦਿਵਾਲੀ ਦੁਆਲੇ, ਅਤੇ ਪੂਰਾ ਪਟਾਕਿਆਂ ਦਾ ਵੀ ਪੂਰਾ ਸਟੋਕ ਹੁੰਦਾ, ਅਤੇ ਪਟਾਕਿਆਂ ਦਾ ਵੀ ਹੋਲਸੇਲ ਦਾ ਬਾਈ ਹੋਣਾਂ ਦਾ ਕੰਮ ਆ। ਅਤੇ ਜੇ ਤਾਂ ਤੁਸੀਂ ਪਟਾਕੇ ਵੀ ਲੈਣੇ ਹੋਏ ਦਿਵਾਲੀ 'ਤੇ, ਕਿਸੇ ਜਨਮਦਿਨ 'ਤੇ, ਕਿਸੇ ਹੋਰ ਤਿਉਹਾਰ 'ਤੇ, ਤਾਂ ਬਾਈ ਜੀ ਹੋਣਾਂ ਕੋਲ ਜ਼ਰੂਰ ਪਹੁੰਚਿਓ। ਅਤੇ ਆਹ ਦੇਖੋ ਅਸਵਾਰੀਆਂ ਤੁਹਾਨੂੰ ਦਿਖਾ ਦਿੰਦੇ ਹਾਂ, ਲਓ ਜੀ ਗੱਡਗੜੀਆਂ ਅਸਵਾਰੀਆਂ ਦੇਖੋ, ਆਹ ਦੇਖੋ ਜੀ ਏਸ਼ੀਅਨ ਮੀਟ ਸ਼ੋਪ ਆ ਜੀ ਇਹ। ਆਹ ਦੇਖੋ ਜੀ, ਪਟਾਕਿਆਂ ਦੀ ਵੀ ਔਫਰ ਲੱਗੀ ਹੁੰਦੀ ਹੈ, ਇੱਕ ਇੱਕ ਖਰੀਦੋ ਇੱਕ ਨਾ ਇੱਕ ਫ੍ਰੀ, ਹੈ ਨਾ। ਅਤੇ ਜੇਕਰ ਤੁਸੀਂ ਬਾਈ ਜੀ ਮੀਟ ਲੈਣਾ ਵਧੀਆ ਕੁਆਲਿਟੀ ਦਾ, ਤਾਂ ਵੀ ਬਾਈ ਜੀ ਹੁਣਾਂ ਕੋਲ ਪਹੁੰਚੋ। ਇੰਡੀਅਨ ਮਸਾਲੇ ਲੈਣੇ ਆ ਤਾਂ ਵੀ ਬਾਈ ਜੀ ਹੁਣਾਂ ਕੋਲ ਪਹੁੰਚੋ, ਪਟਾਕੇ ਲੈਣੇ ਆ ਤਾਂ ਵੀ ਬਾਈ ਜੀ ਹੁਣਾਂ ਕੋਲ ਪਹੁੰਚੋ। ਅਤੇ ਜੇ ਕੋਈ ਬਾਈ ਇਸ ਚੀਜ਼ ਦਾ ਸ਼ੌਕੀਨ ਹੈਗਾ ਤਾਂ ਉਹ ਵੀ ਬਾਈ ਜੀ ਹੁਣਾਂ ਕੋਲ ਪਹੁੰਚ ਸਕਦਾ। ਅਤੇ ਜੇ ਕਿਸੇ ਨੇ ਖਾਸ ਭਾਈ ਡੋਡਿਆਂ ਦਾ ਸ਼ੌਕੀਨ ਆ ਤਾਂ ਉਹ ਵੀ ਬਾਈ ਜੀ ਹੁਣਾਂ ਕੋਲ ਪਹੁੰਚ ਕਰ ਸਕਦਾ। ਅਤੇ ਡੋਡੇ ਤੁਹਾਨੂੰ ਮਿਲੂਗੇ 1 ਨੰਬਰ ਦਾ ਐਨ ਪਿਓਰ, ਅਤੇ ਪੀਸਿਆ ਹੋਇਆ ਸਮਾਨ। ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਜੀ, ਤਾਂ ਕਿ ਜਿਹੜੇ ਇੰਗਲੈਂਡ 'ਚ ਬਾਈ ਰਹਿੰਦੇ ਆ, ਪੁੱਛਦੇ ਰਹਿੰਦੇ ਆ ਬਈ ਪੀਸੇ ਹੋਏ ਡੋਡੇ ਕਿੱਥੋਂ ਮਿਲਦੇ ਆ, ਅਤੇ ਉਹਨਾਂ ਨੂੰ ਪਤਾ ਲੱਗ ਸਕੇ ਕਿ ਆਹ ਇੱਕ ਐਡਰੈਸ ਆ ਜੀ ਸਾਊਥ ਹਾਲ ਦੇ ਵਿੱਚ, ਅਤੇ ਜਿੱਥੋਂ ਇਹ ਸਾਰਾ ਸਮਾਨ ਮਿਲਦਾ ਆ। ਜੇਕਰ ਵੀਡੀਓ ਚੰਗੀ ਲੱਗੀ ਤਾਂ ਜੀ ਕਮੈਂਟ ਜ਼ਰੂਰ ਕਰਿਓ ਅਤੇ ਸ਼ੇਅਰ ਜ਼ਰੂਰ ਕਰਿਓ। ਮਿਲਦੇ ਹਾਂ ਜੀ ਕਿਸੇ ਹੋਰ ਵੀਡੀਓ 'ਚ, ਤਦ ਤੱਕ ਲਈ ਰੱਬ ਰੱਖਾ।